ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਇੱਕ ਮਹਿਲਾ ਨੇ ਹਸਪੀਟਲ ਦੇ ਬਰਾਂਡੇ ਵਿੱਚ ਹੀ ਦਿੱਤਾ ਬੱਚੇ ਨੂੰ ਜਨਮ। ਆਓ ਦੇਖਦੇ ਹਾਂ ਕੀ ਕਹਿੰਦੇ ਹਨ ਹਸਪੀਟਲ ਸਟਾਫ ਅਤੇ ਮਹਿਲਾ। ਇੱਥੇ ਜਿਹੜਾ ਬੇਬੀ ਹੋਇਆ ਵਾ ਕੀ ਕੋਈ ਪ੍ਰੋਬਲਮ ਆਈ ਸੀ ਜਾਂ ਫਿਰ ਕਿਵੇਂ ਹੋਈ ਹੈ? ਮਤਲਬ ਆਏ ਨਾ ਘਰੋਂ ਨਿਕਲ ਗਏ ਤਾਂ ਆਟੋ ਸਲੋ ਸਲੋ ਆਉਂਦੇ ਨਾ ਤਾਂ ਦਰਦ ਸ਼ੁਰੂ ਹੋ ਗਈ ਕੱਸ ਕੇ, ਤਾਂ ਅੰਦਰ ਆਉਂਦੇ ਆਉਂਦੇ ਨੇ ਕਾਂਡੀ ਖਲੋਤੇ ਉਹਨਾਂ ਨੂੰ ਇਹ ਪੁੱਛਣ ਦੇ ਹੀ ਕਿ ਕਿੱਧਰ ਡਿਲੀਵਰੀ ਹੋਣੀ, ਉਹਦਾ ਪੁੱਛਦੇ ਪੁੱਛਦੇ ਬਸ ਉੱਥੇ ਕੰਮ ਹੋ ਗਿਆ। ਉੱਥੇ ਇਹ ਹੈਗਾ 10:30 ਵਜੇ ਤੱਕ ਗੱਲ। ਸਟਾਫ ਨੂੰ ਤਾਂ ਕੋਈ ਕਮੀ ਨਹੀਂ? ਨਹੀਂ, ਸਟਾਫ ਨੇ ਦੇਖਭਾਲ ਕੀਤੀ ਸਾਡੀ। ਹਾਂਜੀ ਠੀਕ ਹੈ ਬੱਚਾ। ਹਾਂਜੀ ਕਿੰਨੀ ਕੁ ਦੇਰ ਹੋ ਗਈ ਮਤਲਬ ਇੱਥੇ? ਟਾਈਮ ਵਗੈਰਾ ਦਿੱਤਾ ਇਹਨਾਂ ਡਾਕਟਰਾਂ ਤੁਹਾਨੂੰ ਅੱਜ? ਹਾਂਜੀ ਟਾਈਮ ਦਿੱਤਾ ਹੋਇਆ ਅੱਜ ਦਾ ਡਾਕਟਰਾਂ ਨੇ ਜਾਂ ਦਰਦ ਵਗੈਰਾ ਹੋਈ ਤਾਂ ਫਿਰ ਆਏ? 25 ਤਰੀਕ ਦਾ ਟਾਈਮ ਦਿੱਤਾ ਜੀ ਇਹ 9ਵੇਂ ਮਹੀਨੇ ਦਾ। ਅੱਜ ਦਰਦ ਵਗੈਰਾ ਹੋ ਗਈ? ਹਾਂਜੀ ਜਦੋਂ ਤੁਹਾਡੀ ਡਿਲੀਵਰੀ ਹੋਈ ਫਿਰ ਉੱਥੇ ਨਰਸਾਂ ਵਗੈਰਾ ਆ ਗਈਆਂ ਮੌਕੇ? ਹਾਂਜੀ ਕੇਅਰ ਹੋ ਰਹੀ ਹੈ ਤੁਹਾਡੀ ਹੁਣ? ਹਾਂਜੀ ਕੋਈ ਮੁਸ਼ਕਲ ਤਾਂ ਨਹੀਂ ਆ ਰਹੀ? ਨਹੀਂ। ਮੇਰਾ ਨਾਮ ਸਟਾਫ ਸੁਖਜੀਤ ਆ। ਐਕਚੁਅਲ 'ਚ ਪੇਸ਼ੈਂਟ ਨੇ ਨਾ ਸਿੱਧਾ ਲੇਬਰ ਰੂਮ 'ਚ ਆਉਣਾ ਸੀ, ਉਹ ਬਾਈ ਚਾਂਸ ਬਾਈ ਮਿਸਟੇਕ ਉਹਨੇ ਐਮਰਜੈਂਸੀ ਚੱਲ ਗਿਆ, ਉਹ ਪੇਸ਼ੈਂਟ ਉੱਥੇ ਹੀ ਡਿਲੀਵਰ ਕਰ ਗਿਆ। ਸਾਡੇ ਉੱਥੇ ਸਟਾਫ ਸੀਗੀ, ਉਹਨੇ ਫਟਾਫਟ ਉਹਨੂੰ ਕਵਰ ਕਰਕੇ ਨਾਲ ਦੀ ਨਾਲ ਹੀ ਲੇਬਰ ਰੂਮ 'ਚ ਲੈਂਦਾ, ਉੱਥੇ ਨਾਲ ਹੀ ਸਟਾਫ ਨੇ ਮਿੰਟੋ ਮਿੰਟ ਸਾਰਾ ਕੁਛ ਉਹਦਾ ਜੰਗੀ ਤਰ ਕਰ ਦਿੱਤਾ। ਡਾਕਟਰ ਮੌਕੇ 'ਤੇ ਆ ਗਏ, ਡਾਕਟਰ ਭੁਪਿੰਦਰ ਆਏ ਸੀਗੇ। ਕਿੰਨੇ ਇਹ ਦੁਪਹਿਰੇ ਕੋਈ 1:30 ਵਜੇ ਦੇ ਲਾਗੇ ਛਾਗੇ ਦੀ ਆ। ਐਕਚੁਅਲ 'ਚ ਮੇਰੀ ਨਾਈਟ ਸ਼ਿਫਟ ਸੀਗੀ, ਮਾਰਨਿੰਗ ਸਟਾਫ ਸਤਿੰਦਰ ਸੀਗੀ, ਪਰ ਇਹ ਪੇਸ਼ੈਂਟ ਮੈਨੂੰ ਹੁਣ ਪਤਾ ਇਹਦੇ ਬਾਰੇ। ਕੇਅਰਿੰਗ ਵਗੈਰਾ ਕਿਵੇਂ ਹੋ ਰਹੀ ਹੈ? ਕੇਅਰ ਬਹੁਤ ਵਧੀਆ ਹੋ ਰਹੀ ਹੈ, ਜੋ ਟ੍ਰੀਟਮੈਂਟ ਚਾਹੀਦਾ ਉਹਨੂੰ ਸਾਰਾ ਟ੍ਰੀਟਮੈਂਟ ਮਿਲਦਾ ਪਿਆ ਇਸ ਟਾਈਮ 'ਤੇ। ਮੈਡਮ ਇੱਦਾਂ ਦੇ ਕੇਸ ਜਿਹੜੇ ਆ ਉਹ ਅਕਸਰ ਦੇਖਣ ਨੂੰ ਮਿਲਦੇ ਆ ਜਾਂ ਫਿਰ ਕਿਹੜੀ ਸਥਿਤੀ ਵਿੱਚ ਆ ਗਏ ਇਸ ਤਰ੍ਹਾਂ ਜਿਹੜੇ ਕੇਸ ਹੋ ਸਕਦੇ ਆ? ਐਕਚੁਅਲ 'ਚ ਕਿਹੜੇ ਪੇਸ਼ੈਂਟ ਜਿਵੇਂ ਕੋਈ ਦੂਸਰਾ ਤੀਸਰਾ ਬੱਚਾ ਹੁੰਦਾ ਨਾ, ਉਹਨਾਂ ਨੂੰ ਮਤਲਬ ਦਰਦਾਂ ਲੱਗਦੀਆਂ, ਉਹਨੂੰ ਪਤਾ ਨਹੀਂ ਲੱਗਦਾ ਜਦੋਂ ਉਹਨੂੰ ਇੱਥੇ ਲੈ ਕੇ ਆਉਂਦੇ ਨੂੰ, ਕਈ ਵਾਰ ਗੱਡੀ 'ਚ ਡਿਲੀਵਰ ਕਰ ਜਾਂਦੇ, ਕਈ ਵਾਰ ਟਰਾਲੀ 'ਚ ਸ਼ਿਫਟ ਉਦੋਂ ਡਿਲੀਵਰ ਕਰ ਜਾਂਦੇ ਆ, ਪਰ ਇਹ ਵੀ ਆਉਂਦਿਆਂ ਦੀ ਸਾਰੀ ਕੇਅਰ ਹੋ ਜਾਂਦੀ ਆ। ਨਹੀਂ ਇਸ ਤਰ੍ਹਾਂ ਤਾਂ ਨਹੀਂ ਹੁੰਦਾ, ਵੈਸੇ ਕਈ ਵਾਰ ਪੇਨਸ ਹੀ ਇੰਨੀਆਂ ਫਾਸਟ ਹੋਈਆਂ ਹੁੰਦੀਆਂ ਵਾ, ਘਰ 'ਚ ਘਰ ਤੋਂ ਹੀ ਨਹੀਂ ਜਲਦੀ ਆਉਂਦੇ, ਕਈ ਘਰਾਂ 'ਚ ਇਹ ਵਾਰ ਲੇਟ ਹੋ ਜਾਂਦੇ ਆ। ਕੇਅਰ ਬਹੁਤ ਵਧੀਆ ਹੋ ਰਹੀ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ।